اللهم صل على محمد وعلى جڑے بیٹھے ہو صلوات باواز بلا معصوم دی آمد واسطے بھی صلوات باواز ہے تو تکلیف ہی جے پچھلے تھوڑے جائے نماز دی پہلی صف تہاڈے سامنے خالی ہے مہربانی ہو سکے سارے تھوڑے جہ سارے مہربانی کرو تھوڑا جا بہت مہربانی بلا ہوئے
ਜ਼ਿੰਦਗੀ ਦੇ ਵਿੱਚ ਇਸ ਦਰਬਾਰ ਦੇ ਵਿੱਚ ਵਾਰੀ ਕੱਢਣ ਨਾ ਆਵੀਂ ਜੇ ਫਲਾਨਾ ਸਾਡੇ ਆਇਆ ਸੀ ਤਾਂ ਅਸੀਂ ਮੂੰਹ ਵੀ ਖਾਈਏ। ਜਿਹੜੀ ਜ਼ੁਬਾਨ ਅਜੇ ਤਾਈਂ ਚੁੱਪ ਬੈਠੀਏ, ਜ਼ਿੰਦਗੀ ਸਜਦੇ 'ਚ ਪਿਆਰ ਆਓ, ਜ਼ਿੰਦਗੀ ਸਜਦੇ 'ਚ ਸੀਰੀ ਨਾ ਉਠਾਏ, ਇਸ ਗੱਲ ਦਾ ਤੂੰ ਦੇਣ ਦੇ ਹੀ ਨਹੀਂ ਸਕਦਾ। ਇਹ ਜ਼ਿਕਰ ਅਰਸ਼ 'ਤੇ ਹੋਣਾ ਆ ਤੇਰੀ ਨਜਾਤ ਵਾਸਤੇ ਸਾਈਂ। ਵਕਤ ਜਿਤਨਾ ਮੁਹੰਮਦ ਦੀ ਦੀਦ ਦੇ ਛੋੜਿਆ ਅੱਗੇ ਮੌਤ ਦਿਸਦੀ ਹੈ, ਵਕਤ ਹੋਰ ਨਹੀਂ ਦਿਸਦੀ। ਲੇਕਿਨ ਜੇ ਸਾਈਂ ਦੇ ਦੇ ਨਾ ਤਾਂ ਬੰਦਿਆ ਹੀ ਤਾਂ ਦੇ ਬੰਦਾ ਉਹਨੂੰ ਬਚਾ ਲਾਇਆ ਤਾ। ਇਹ ਮੈਂਬਰ ਰਸੂਲ ਹੈ, ਕੱਖ ਵੀ ਨਾ ਹੋਵੇ ਇਮਾਮ ਦਾ ਜ਼ਾਕਿਰ, ਕੁਝ ਵੀ ਨਾ ਹੋਵੇ, ਕੱਖ ਵੀ ਨਾ ਹੋਵੇ, ਬੇਨਮਾਜ਼ ਨਹੀਂ ਹੋਣਾ ਚਾਹੀਦਾ। ਤੇਰੀ ਜ਼ੁਬਾਨ ਹਿੱਲੇ ਨਾ ਹਿੱਲੇ, ਤੈਨੂੰ ਲਾ ਹੀ ਅਸੀਂ, ਤੇਰਾ ਕਸੂਰ ਕੋਈ ਨਹੀਂ, ਕਸੂਰ ਸਾਡਾ ਹੀ ਹੈ। ਜੇ ਅਸੀਂ ਤੈਨੂੰ ਖਿਲਾਰ ਕਿਸੇ ਹੋਰ ਪਾਸੇ ਦੇ, ਅਸੀਂ ਤੈਨੂੰ ਟੋਰ ਕਿਸੇ ਹੋਰ ਪਾਸੇ ਦੇ, ਤੇਰਾ ਕੱਤਨ ਕੋਈ ਕਸੂਰ ਨਹੀਂ, ਰੱਤੀ ਜਿਤਨਾ ਵੀ, ਸਾਰਾ ਕਸੂਰ ਸਾਡਾ ਹੈ। ਅਸੀਂ ਤੈਨੂੰ ਖੜਾ ਹੀ ਇੱਥੇ ਕਰ ਦਿੱਤਾ, ਯਾ ਇਲੀ ਤੇ ਬੇੜਾ ਪਾਰ, ਯਾ ਇਲੀ ਤੇ ਬੇੜਾ ਪਾਰ ਹੀ ਪਾਰ ਹੈ। ਕੌਮ ਬੇਗੈਰਤ ਆਖਦਾ ਯਾ ਇਲੀ ਤੇ ਬੇੜਾ ਪਾਰ ਨਹੀਂ, ਉਹਦੀ ਤਾਂ ਨਸਲ 'ਚ ਫਰਕ ਹੈ ਜਿਹੜਾ ਆ ਕੇ ਯਾ ਇਲੀ ਤੇ ਬੇੜਾ ਪਾਰ ਨਹੀਂ। ਜੇ ਯਾ ਇਲੀ ਤੇ ਬੇੜਾ ਪਾਰ ਨਹੀਂ ਤਾਂ ਹੋਣਾ ਹੀ ਕਿਸੇ ਪਾਰ ਨਹੀਂ ਹੈ ਹੀ ਨਹੀਂ। ਯਾ ਇਲੀ ਤੇ ਬੇੜਾ ਪਾਰ ਹੀ ਪਾਰ ਹੈ, ਪਹਿਲੇ ਬੂਥਾ ਤੇ ਬਣਾ ਯਾ ਇਲੀ ਆ। ਅੱਲਾ ਇਬਾਦਤ ਕਬੂਲ ਕਰਨਾ ਰਵਾਨੀ ਹਮਾਰੇ ਅਲਾਜ ਹੈ ਦੀ ਕੋਲੇ। ਕਿਸੇ ਹੋਰ ਪਾਸੇ ਲਿਆ ਤੂੰ ਟੋਰੀ, ਕਿਸੇ ਹੋਰ ਪਾਸੇ ਲਿਆ ਤੂੰ ਮਜਲਸਾਂ ਵਿੱਚ ਵੀ ਆਪਣੇ ਤਨਾਜ਼ੇ ਲੈ ਕੇ ਬੈਠਣਾ, ਕੀ ਲੱਭਣਾ ਹੈ? ਰਾਜ਼ੀ ਹੋ ਨਾਰਾਜ਼ ਹੋ ਤੇਰੀ ਆਪਣੀ ਮਰਜ਼ੀ, ਸਾਧਨਾ ਸਾਧ, ਮੈਂ ਵਿਹਲਾ ਬੈਠਾ। ਕਿਆ ਬਾਤ ਹੈ, ਕਿਆ ਬਾਤ ਹੈ, ਬਿਲਕੁਲ ਠੀਕ ਸਹੀ। ਇੱਥੇ ਵੀ ਤੂੰ ਆਪਣੀਆਂ ਹੀ ਅੜੀਆਂ ਲੈ ਕੇ ਆਉਣਾ ਹੈ ਤਾਂ ਫਿਰ ਇੱਥੇ ਕੀ ਲੈਣਾ ਹੈ? ਕਿਬਲਾ ਲਖਨਊ ਦੇ ਕਾਲਮਦੀਨ ਪੜ੍ਹਦੇ ਪਿਆ ਨੈਟ 'ਤੇ, ਮੈਂ ਸੁਣਦਾ ਬੈਠਾ, ਉਹਨਾਂ ਪੜ੍ਹਿਆ ਕਿ ਜਿਹੜਾ ਸ਼ਖਸ ਇੱਥੇ ਆਉਂਦਾ ਹੈ ਸਫੇ ਮਾਤਮ 'ਤੇ ਆਣ ਕੇ ਬੰਨਦਾ, ਉਸ ਬੰਦੇ ਨੂੰ ਨਵਾਬ ਕਰਬਲਾ ਇੱਕ ਰਾਤ ਪਹਿਲੇ ਪੈਗਾਮ ਭੇਜ ਦੇਣ। ਮੈਂ ਵੀ ਸੁਣਦਾ ਬਾਦਸ਼ਾਹ ਪੈਗਾਮ ਭੇਜ ਦੇਣ ਉਸ ਬੰਦੇ ਨੂੰ, ਸਵੇਰੇ ਮੇਰੀ ਸਫੇ ਮਾਤਮ ਬਿਸਮਿਲ੍ਲਾ, ਹਿੱਸਾ ਹੀ ਮਿਲ ਗਿਆ, ਹਿੱਸਾ ਹੀ ਮਿਲ ਗਿਆ, ਭਲਾ ਹੋਵੇ ਬੱਚਿਆਂ ਨਾਲ ਬਾਦਸ਼ਾਹ। ਕੈਸਾ ਉਹ ਇਨਸਾਨ ਹੈ ਜਿਸ ਨੂੰ ਇਮਾਮ ਪੈਗਾਮ ਭੇਜ, ਇਸਦੀ ਦਲੀਲ ਦੇਣਾ, ਇਸਦੀ ਦਲੀਲ ਦੇਣਾ। ਜਿਹੜਾ ਬੰਦਾ ਅਜਾਂ ਵੀ ਸ਼ੱਕ 'ਚ ਬੈਠਾ ਹੈ, ਜਵਲਵੀ ਸਾਹਿਬ ਕਿਹ ਆ ਕੇ ਇਮਾਮ ਪੈਗਾਮ ਭੇਜ ਦੇ, ਤੂੰ ਕਿਸੇ ਨੂੰ ਸੱਦੇਗਾ ਫਿਰ ਉਹਦੇ ਇਸਤਕਬਾਲ ਲਈ ਖੋਲੋਏਗਾ ਜਾਂ ਕਿਸੇ ਨੂੰ ਬੁਲਾਏਗਾ? ਖੁਸ਼ੀ ਗਮੀ ਕਿਸੇ ਪਾਸੇ ਵੀ ਕਿਸੇ ਨੂੰ ਸੱਦੇਗਾ ਬੁਲਾਏਗਾ ਫਿਰ ਉਸਦੇ ਇੰਤਜ਼ਾਰ 'ਚ ਖਲੋਏਗਾ ਨਾ, ਇਸਤਕਬਾਲ ਲਈ ਖਲੋਏਗਾ ਨਾ? ਜੇ ਇਮਾਮ ਸੱਦਦੇ ਨੇ ਤਾਂ ਪੁੱਤਰ ਦਰਵਾਜ਼ੇ 'ਤੇ ਖਲੋ ਕੇ ਇਸਤਕਬਾਲ, ਆਪਣਾ ਮੁਕਾਮ ਜੇ ਇਮਾਮ ਬੁਲਾਉਂਦੇ ਨੇ ਤਾਂ ਪੁੱਤਰ ਖਲੋ ਕੇ ਇੰਤਜ਼ਾਰ। ਅਸੀਂ ਇੰਨੇ ਜੋਗੇ ਹਾਂ ਕਿ ਇਮਾਮ ਸਾਡਾ ਖਲੋ ਕੇ ਇੱਥੇ ਇੰਤਜ਼ਾਰ ਕਰੇ। ਭਾਈ ਹੱਥ ਜੋੜੀ ਖਲੋਤਾ ਆਇਆ ਦੇ, ਚਲੋ ਆਪਣਾ ਕੰਮ ਹੀ ਸਮਝ ਲਓ, ਅਸ ਨੈਟ ਚੱਲਦਾ ਪਿਆ ਸਾਰੇ ਪਾਸੇ, ਆਵਾਜ਼ ਆ ਰਹੀ ਹੈ ਤੇਰੇ ਉੱਠਣ ਤੋਂ ਪਹਿਲਾਂ, ਦੂਰ ਪਾਕਿਸਤਾਨ ਪੂਰੇ 'ਚ ਗੱਲ ਪਹੁੰਚ ਜਾਂਦੀ। ਇਹ ਹੱਥ ਤੇਰੇ ਸਾਹਮਣੇ ਜੋੜੀ, ਕੰਮ ਹੀ ਸਮਝ ਲਓ ਆਪਣਾ।
ਜੇ ਸੈਯਦ ਸਾਜਦੀਨ ਜਾਂ ਇਮਾਮ ਤੇਰਾ ਇੱਥੇ ਖਲੋ ਕੇ ਇਸਤਕਬਾਲ ਕਰਦਾ, ਫਿਰ ਸਾਡੀਆਂ ਵੀ ਸ਼ਕਲਾਂ ਇਹ ਜਿਹੀਆਂ ਹੋਣੀਆਂ ਚਾਹੀਦੀਆਂ, ਇਮਾਮ ਦੇ ਸਾਹਮਣੇ ਅੱਖਾਂ ਅਦਬ ਤੋਂ ਝੁਕਦੀਆਂ ਪਈਆਂ ਹੋਣ, ਸ਼ਰਮ ਤੋਂ ਨਾ ਝੁਕਦੀਆਂ। ਇੱਥੇ ਬਣ ਕੇ ਤੇ ਆ, ਇੱਥੇ ਬਣ ਕੇ ਤੇ ਆ, ਇੱਕ ਵਾਰੀ ਬਣ ਕੇ ਤੇ ਆ, ਫੂਕ ਮਾਰੇ ਸੁਆਹ ਕਿਵੇਂ ਨਾ ਕਰੇ। ਇਹ ਅੰਦਰ ਦਾ ਸ਼ੀਸ਼ਾ ਇੱਕ ਵਾਰੀ ਸਾਫ਼ ਕਰਕੇ ਤੇ ਆ। ਬੰਦੇ ਤੁਸੀਂ ਵੇਖੇ ਨੀ, ਘਰੋਂ ਆਉਂਦੇ ਨੇ ਮਜਲਿਸ ਤੇ ਸਾਰਾ ਦਿਨ ਬਾਹਰ ਫਿਰਦੇ, ਲੰਗਰ ਪਾਣੀ ਖਾ ਕੇ ਤੇ ਬਾਹਰੋਂ ਬਾਹਰ ਘਰ ਨੂੰ ਹੁੰਦੀ ਕਿ ਨਹੀਂ ਹੁੰਦੀ, ਉਹਨਾਂ ਤੇ ਨਾਰਾਜ਼ ਨਾ ਹੋਇਆ ਕਰ, ਉਹ ਇਮਾਮ ਦੇ ਦਾਵਤ ਹੀ ਨਹੀਂ ਹੁੰਦੇ, ਉਹ ਸਾਈਆਂ ਦੇ ਸੱਦੇ ਹੋਏ ਨਹੀਂ ਹੁੰਦੇ, ਇੱਥੇ ਆ ਹੀ ਨਹੀਂ ਸਕਦੇ। ਉਹਨੇ ਸਿਰਫ ਬਾਹਰ ਖਲੋ ਕੇ ਕਹਿਣਾ ਫਲਾਨੇ ਦਾ ਕੱਖ ਨਹੀਂ ਬਣਿਆ, ਅਗਰ ਉਹ ਬਹਿ ਕੇ ਸੋਚ ਲੈ ਬਣਿਆ ਤਾਂ ਮੇਰਾ ਕੱਖ ਨਹੀਂ, ਮੈਂ ਤਾਂ ਉੱਥੇ ਬੈਠਿਆ ਹੀ ਨਹੀਂ ਜਿੱਥੇ ਮਾਸੂਮ ਮਾਨ ਕੇ ਬਣਿਆ। ਭਾਈ ਨਾਰਾਜ਼ ਨਾ ਹੋਵੀਂ, ਮੇਰੀਆਂ ਬਾਤਾਂ ਗੌਰ ਨਾਲ ਜ਼ਰਾ ਸੁਣ। ਮੈਂਬਰ ਦਾ ਮੁਕਾਮ ਹੀ ਗਵਾਉਂਦੇ ਜਾ ਰਹੇ ਜੀ। ਹਾਂ, ਮਾਜ਼ਲਾ ਤੋਬਾ, ਮਾਫ਼ੀ ਦੇਵਣਾ, ਕੁਛ ਲੋਕ ਮਜਲਿਸ ਨੂੰ ਵੀ ਸ਼ੁਗਲ 'ਚ ਬਣਾਉਣ ਲੱਗ ਪਏ। ਇੱਥੋਂ ਅਸੀਂ ਬੰਦੇ ਵੇਖੇ ਨੇ, ਇੱਥੋਂ ਨਜਫ ਜਾ ਰਹੇ ਨੇ, ਬਲੈਕ ਟਿਕਟਾਂ ਲੈ ਰਹੇ ਨੇ, ਚੇਲਮ 'ਤੇ 60,000 ਦੀ ਟਿਕਟ, 1,00,000 ਦੀ ਲੈ ਰਹੇ। ਜਿਹੜਾ ਬੰਦਾ 1,00,000 ਦੀ ਟਿਕਟ ਇੱਥੇ ਖਰਚ ਕਰ ਰਿਹਾ, 10,000 ਹੋਰ ਪਾ ਕੇ ਕਰਬਲਾ ਨਹੀਂ ਉਤਰ ਸਕਦਾ। ਨਜਫ ਉਤਰ ਰਿਹਾ, ਨਜਫ ਤੋਂ ਧੀਆਂ ਪੁੱਤਰ ਨਾਲ ਲੈ ਕੇ 45 ਮੀਲ ਦਾ ਸਫ਼ਰ 3 ਦਿਨ 'ਚ ਪੈਦਲ ਕਰ ਰਿਹਾ। ਕਿਉਂ ਕਰ ਰਿਹਾ? ਉਸਨੂੰ ਪਤਾ ਹੈ ਇਹ ਸਫ਼ਰ ਜਿਹੜਾ ਮੇਰਾ ਜ਼ਾਇਆ ਨਹੀਂ, ਇਹੋ ਹੀ ਤਾਂ ਸਫ਼ਰ ਹੈ ਜਿਹੜਾ ਮੈਨੂੰ ਜੰਨਤ ਦੇ ਪਾਸੇ ਲੈ ਕੇ ਜਾ। ਨਵਾਬੇ ਕਰਬਲਾ ਫਰਮਾਉਂਦੇ ਨੇ, ਜਿਹੜਾ ਬੰਦਾ ਤੁਰਦਾ ਇਮਾਮ ਦੇ ਪਾਸੇ, ਆ ਜਿਹੜੇ ਨਾਲ ਮਲਕ ਬੈਠੇ ਨੇ, ਇਮਾਮ ਇਹਨਾਂ ਨੂੰ ਹੁਕਮ ਦਿੰਦੇ ਨੇ, ਦੇਖੋ ਖਾਲਕ ਹੋਏ, ਕਹਾਣੀ ਸਾਰੀ ਚੌਦਾਂ ਦੀ ਹੈ। ਹਾਏ ਹਾਏ, ਖਾਲਕ ਹੋਏ। ਇਹ ਜਿਹੜੇ ਲੋਕ ਖੁਲਾ ਕੇ ਖੁਦ ਮਾਜ਼ਲਾ ਤੋਬਾ ਮੌਲਾ ਅਲੀ ਨੂੰ ਵਧਾਉਣ ਲੱਗ ਪੈਂਦੇ ਨੇ, ਖੁਦਾ ਤੱਕ ਚਲੇ ਜਾਂਦੇ, ਨਾ ਬਹੁਤ ਬੇਵਕੂਫੀ ਕਰਦੇ। ਜੇ ਮੌਲਾ ਅਲੀ ਨੂੰ ਖੁਦਾ ਹੀ ਮੰਨਣਾ ਪਿਆ ਤਾਂ ਖੁਦਾ ਜੋ ਕੁਛ ਕਰੇ ਕਰ ਸਕਦਾ, ਖੁਦਾ ਅੱਗੇ ਕਿਹੜੀ, ਇੱਥੋਂ ਜੋ ਚੁੱਕੇ ਚੁੱਕੇ ਜਿੱਥੇ ਮਰਜ਼ੀ ਸੁੱਟੇ, ਇਹ ਕਿਹੜੀ ਵਡਿਆਈ ਹੈ? ਖੁਦਾ ਸਭ ਕੁਛ ਕਰ ਸਕਦਾ, ਇਹ ਕੋਈ ਕਮਾਲ ਨਹੀਂ। ਖੁਦਾ ਦਾ ਬੰਦਾ ਹੋ ਕੇ ਕੰਮ ਖੁਦਾ ਨੇ ਕਰੇ, ਕੁਛ ਲੋਕ ਤੈਨੂੰ ਖਰਾਬ ਕਰ ਰਹੇ। ਹੈਦਰੀ ਤੇਰੇ ਵਿੱਚ ਆਣ ਕੇ ਬੈਠਦੇ, ਨਾ ਉਹ ਸ਼ੀਆ ਨੇ ਨਾ ਉਹ ਸੁੰਨੀ ਨੇ, ਉਹ ਸਿਰਫ ਤੈਨੂੰ ਖਰਾਬ ਕਰਨ ਆਉਂਦੇ। ਬਚ ਐਸੇ ਲੋਕਾਂ ਕੋਲ, ਐ ਆਪਣਾ ਇਮਾਨ ਔਰ ਅਕੀਦਾ ਦਰੁਸਤ ਰੱਖ, ਤੂੰ ਫੂਕ ਮਾਰੇ ਸੁਆਹ ਕਿਵੇਂ ਨਾ ਹੋਵੇ। ਬਾਬਾ ਜੀ 3 ਦਿਨ ਦਾ ਸਫ਼ਰ ਕਰਕੇ ਬੱਚਿਆਂ ਦੇ ਨਾਲ ਜਿਹੜੇ ਵੇਲੇ ਬੰਦਾ ਕਰਬਲਾ ਪਹੁੰਚਦਾ ਹੈ, ਕਿਹੜਾ ਵੱਡਾ ਬਾਦਸ਼ਾਹ ਹੈ ਅਕਬਰ ਦਾ ਬਾਬਾ, ਫਿਰ ਉਹ ਇਨਸਾਨ ਅਕਬਰ ਦੀ ਜਾਗੀਰ ਦੇ ਬੰਨੇ 'ਤੇ ਕਦਮ ਰੱਖਣ ਤੋਂ ਪਹਿਲੇ ਗੁਨਾਹ ਤੋਂ ਇੰਜ ਪਾਕ ਹੁੰਦਾ ਜਿਵੇਂ ਮਾਂ ਦੇ ਸ਼ਿਕਮ 'ਚੋਂ ਖੂਨ ਨਿਕਲਦਾ। ਜਿਹੜੀ ਜ਼ੁਬਾਨ ਇਸ ਬਾਤ 'ਤੇ ਨਾ ਬੋਲੀ, ਮੈਂ ਦੁੱਖ ਲੈ ਕੇ ਤੇਰੀ ਨਗਰੀ 'ਚੋਂ, ਮਾਂ ਦੇ ਸ਼ਿਕਮ 'ਚੋਂ ਜਿਵੇਂ ਬੱਚਾ ਨਿਕਲਦਾ, ਅੱਛਾ ਤਰ ਤੁਹਾਡੀ ਨਜ਼ਰ ਪਿਆ ਕਰਨਾ, ਗੁਨਾਹਾਂ ਤੋਂ ਇੰਜ ਪਾਕ ਹੁੰਦਾ, ਇੰਜ ਪਾਕ ਹੁੰਦਾ ਸਰ ਚਾਵੀ ਜਿਹੜੇ ਵੇਲੇ, ਫਿਰ ਗੁਨਾਹਾਂ ਤੋਂ ਇੰਜ ਪਾਕ ਹੋ ਕੇ ਪਹਿਲਾ ਕਦਮ ਅਕਬਰ ਦੇ ਬਾਬੇ ਦੀ ਜਾਗੀਰ ਦੇ ਵਿੱਚ ਰੱਖਦਾ ਨਾ, ਮੈਨੂੰ ਕੁਰਾਨ ਦਿੱਤੀਆਂ ਪਾਰਾਂ ਦੀ ਕਸਮ, ਫਿਰ ਜਿੱਥੋਂ ਤੱਕ ਤੇ ਜਿਤਨੇ ਦਿਨ ਉਸ ਜਾਗੀਰ 'ਚ ਫਿਰਦਾ ਰਹਿੰਦਾ, ਅੰਬੀਆਵਾਂ ਨਾਲ ਹੀ ਤੇਰੇ ਮੁਸਾਫੇ, ਫਿਰ ਨਬੀ ਵੱਧ ਵੱਧ ਕੇ ਤੇਰੇ ਨਾਲ ਮੁਸਾਫਾ ਕਰ। ਤੂੰ ਬਣ ਕੇ ਤੇ ਮੈਂ ਬਿਸਮਿਲ੍ਲਾ, ਤੂੰ ਬਣ ਕੇ ਤੇ ਵੇਖੀ, ਤੂੰ ਇੱਕ ਵਾਰੀ ਬਣ ਕੇ ਤੇ ਵੇਖ, ਅਮਲ ਕਰੇ ਤਾਂ ਕਹਾਣੀ ਬਣਨੀ ਹੈ, ਬਾਤ ਬਣਨੀ ਹੈ, ਜੇ ਕੁਛ ਕਰੇ ਤਾਂ ਸਾਈਆਂ ਦਾ ਬਣੇ ਤਾਂ।
फिर बात बने, अपना मुकाम समझ, तेरा मुकाम क्या है, किस शान का मालक है। तू अपने आप समझता नहीं पिया, रब मुहम्मद की कसम अपने आप को समझ नहीं पाया। सादिक इमाम के सामने एक शख्स आया, उस आके मौला मैं तुम्हारे मनन वाला, मासूम फरमाया सच आके अपना मुकाम समझी तो ठीक आ क्या साढ़े मनन वाला है, मौला मैं तुम्हारा होकदार हाँ फरमाया तो सच आके मवाली है तुम्हारा फरमाया सच है। उस आख्या फिर मौला एक गल ने मैंने समझ नहीं आई, मासूम फरमाया अगर हर गल तुसा ही समझ नहीं आती वह बेनिया सानू भेज अगर हर बात ही तुसी समझ नहीं आती तो समझावा नहीं तो उस बेनियाज ने संग भेजे जैसे लोड़ क्या जरूरत क्या साढ़े आमन ने पूछ जी गल समझ नहीं आई अपना मुकाम समझी पूजा के मौला मैं तुम्हारे मनन वाला मेरे गवांढ एक फासिक फाजर बे नमाज गंदा शराबी इंसान लाता है मौला दुआ दे हाथ बुलंद करता है उसकी उस वेले पूरी हो जाती मैं तुम्हारे मनन वाला मगरब इशा पढ़ के मंगना जुहर असर पढ़ के मंगना फजर पढ़ के मंगना मासूम फरमाया तेन नहीं मिलता मौला मिलता है दिन लगते दिहाड़े लगते हैं मेरे वो बदकार दुआ दे हाथ उठाता है तो उसकी उस वेले पूरी होती वो गंदा गुनाहगार जिसकी जुबान ही पाक नहीं रही मौला मैनु मिल जाता है लेकिन मैनु दिन लगता है उस बदकार दुआ दे हाथ चुके उस वेले पूरी होती नासूम दे चेहरे ते जलाल आया यही में आखा अल्लाह दे जलाल नो जलाल सदक मां सदक मां जड़ी जुबान हिलदी पई है अल्लाह दी इबादत करो खुदा दे जलाल नो जलाल आया मासूम फरमाए उस बदकार नाल अपना मुकाबला बनाए उस गंदे नाल अपना मुकाबला बनाए तेन इलम नहीं तू जानता नहीं तेन पता नहीं वो जड़े वेले गंदा गुनाहगार बदकार इंसान अपना मुकाम समझी दुआ दे हाथ बुलंद करता है खालक मलाइका नूं आदा इन्हें बोलन तो पहले इसनों जो मंगता है दे दियो एक दिन मेरे को लासी गल्लां उस वेले होसन जो मंगता है बोलन तो पहले ज्यादा दियो मैं खुदा इहदी आवाज सुननी भी पसंद नहीं करता वो बगला जड़े वेले तू मुसल्ले ते बैठ के तो मुहम्मद वाले मुहम्मद आवाज दा पा के शहीदा ने करबला दा आवाज दा पा के उस को मंगना है वो खालक मलाइका नूं आदा जरा रोक लो मेरा दिल आदा मंगता रहे मैं सुनी बच्चों की जिंदगी साइया तो बन तो सही बने तो कोई कहानी बनी बने तो बात बनी साइया तो बनेगा तो कहानी है करबला तू शाम दे राह विच बस इतना कि मेरा वक्त है अल्लाह अकबर सदा जी उच बच्चों नाला बद शाद रहो बहुत सोहना सुने हक अदा कर छोड़े अमल कर से तो भाई बड़ा चंगा रस पता नहीं कितने मुक जानी है चंद दिहाड़िया की बात आई भाई पिछलियां तो ना छोड़ी पता नहीं किसी फादे भी पढ़ाने के नहीं पढ़ाने की पता किसी का कोई सामान ज्यादा ना अपने को तैयार कर ज्यादा नहीं थोड़ा कर ले लेकिन कर इतना साफ सुथरा जिसके खरीदार 14 करोड़ दुआ मंगना है ना बारवां इमाम आवे बारवां इमाम बादशाह दी दुआ मंगना है ना तो कोशिश करी बादशाह दे आवन तो पहले पहले तू शक्ल सूर असी रच किरदार च ऐसा होवे कि बादशाह आवे तो तेरा नाम लेके आखन उत्थे ना खलो कोला तू तो मेरा सफाई
कहानी बननी फिर बात बननी है। जे साइया का बन गया था एक सतरमा साहब जी का हुक्म मिले बस वो तालबे दुआ बच्चों की जिंदगी उन्हें अल्लाह करबला तू शाम दे राह दे विच एक शहर है जिसका नाम है हर्राम। दीद मैं इधर करी मुकानी आंदर अस अल्लाह कुछ और पढ़ना अल्लाह ये आंदा ते थे भाई आके जरूर मेहरबानी करो वो सफर सुनो 15 मिनट मेरे बचते पे टाइम चो वो सुन दुआ। जिंदगी जो उससे ते आमीन इसे हक न तरोंदे पे आप किसे का गसब कर लीजिए ना मैं ऐसा बंदा ही नहीं। ईमान और अकीदा साई मेरा बेहतर जान दे। ये किबला बहुत पुराना शहर है इतना पुराना शहर है कि जनाबे नूह दा जेड़े वेले तूफान आके हटिया ना अल्लाह का नबी इस शहर च रहने वास्ते आया। जनाबे इब्राहिम जेड़े वेले अग गुलजार हुई ना फिर नबी किबला इस शहर च रहने वास्ते आया। इतना पुराना शहर अल्लाह इस शहर दे विच दाखिल हो आगाज शुरू दे विच हुण ते जाहिर नहीं जानते क्योंकि वो मोटरवे है जदीद दौर है पहले जाहिर को बैठा है जेड़ा जेड़े अपनी टैक्सियां लैके जाते इन्हों रस्तियां तो जाते। मैं भी 12 दफा का जवार हाँ तो एक दफा गए रस्ते अलग हो गए जदीद दौर हो गया मोटरवे तो गुजर गया। फिर अच्छा इस शहर के जेडे को गए वो शुरू दाखिल हो ना एक रोज़ा आंदा शुरू दे या हर्रानी का या जनाबे ईसा की उम्मत का बंदा 2 मिनट की तमही है जेन च बहेसे तो फिर मसाइब का लुतफा से आह किबला इबादत गुजार बड़ा है। इसका जरा घर है वो शहर के दरम्यान एक उची जाए टीला नुमा उसके उत्ते घर है वखरा एक कमरा बनाया इबादत वास्ते अल्लाह अकबर। ये जेडे पादरी सोमे च इबादत करते हैं ना ये उन्होंने इसका नाम आता ये पादरी खास होंगे जमीन दोज कमरा होंगे फिर वो उत्थे वो पादरी उसनु आते ये उन्हां पादरियां चो इतना इबादत गुजार है। अच्छा इन्हां दे रोजे ते जाओ ते एक तख्ती लिखी हुई नवाबे करबला दे पास्यो इमाम दे पास्यो बादशाह फरमेंदन जिहड़ा मेरा जाहिर इस दी कबर ते आके 2 रकत नमाज पढ़ के मैं हुसैन दा वास्ता दे के एक नेक दुआ मंग लै अल्लाह घर जांदियां तक पूरी कर दे सी इन्हां दी कबर। ऐसियां बातां सुनिया करो इलम ज्यादा होवेगा अल्लाह बस दीद मैद कर याद आ कि मैं वो जेड़ा वखरा कमरा इबादत वास्ते उस कमरे च बजुर्ग आदा मैं बैठा ते अपने नबी दी किताब खोली आदा मैं पढ़नी शुरू की थी आदा थोड़ी देर मैं पढ़द्या गुजर गई हवा दे एक झोंके ने वो उतले 5-7 वर्के जेड़े वो तब्दील कर दिते परख दिते हवा दे झोंके अदा जो ही मेरी दीद पई है वो जेड़ा वर्का सामने मेरे आ गया मेरी उस दे निगाह पै गई अदा उस दे उत्ते लिखिया होया जेड़ा आखरी नबी वसी उस नबी दे 12 वसी उसे जिंदगी बिस्मिल्लाह करा अगर तैं सफर किया तो फकीर दे 2 वैन तेरी याद च रस।
آخری نبی اس نبی دے بارہ وسی، او نبی تے اندے بارہ وسی، آدھا خدا انہاں نو اتنی ایک طاقت دے سی، انہاں دا دھاڑ جتھے بھی ہوئے پرواہ کائی نہیں، اگر انہاں دا سر دھاڑ دے بغیر قرآن پڑھنا چاہے وہ پڑھ سکتے، میں تواڈے آکھن تے صدر پڑھن لگا، نہیں تو میں کچھ اور پڑھنا، لیکن حکم دیتا نے تو پھر دید میں دے رکھیا، میں بسم اللہ کراں، اگر وہ کسی نال بولنا چاہیں وہ بول سکتے، یا یاد ہے میں یہ پڑھ کے حیران ہو گیا، پریشان ہو گیا، اپنے آپ نال اتنا پریشان ہویا، گلاں اپنے آپ نال شروع کر دیتیاں، اپنے آپ نال بولن لگ پیا، یہ کنج ہو سکتا ہے، ہن کٹیا ہویا سر ہوے وہ بولے، نہیں نہیں اپنے آپ نال گلاں پیا کر، نہیں 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 یہ غلط ہے، کٹیا سر کیویں بول سکتا ہے، پھر اپنے آپ نے بول کے آتا تو تے لانتی بنتا پیا، ویکھ تے لے کتاب تے تیرے نبی، اللہ میری میں بسم اللہ کرا، میری محنت پوری ہو گئی، میں بسم اللہ کرا جا، دیکھو نا بھائی ہوں اساں یہ ٹھیک کر کے جیویں بیٹھ جا تیری زندگی ہوئے، پچھلے بندے ڈسٹرب ہوندے ناراض بھی نہ ہونی، اسی ہوں قرآن پاک نو نہ منیے لانچ بن گیا، ایک لفظ دے انکاری بھی لانتی ہو گئے، ایویں انہوں کا بھی اپنی نبی دی کتاب تے انجی ایمان ہے جیویں ساڈا، یہ قبلہ سوچدا سوچدا پاگل ہون لگ پیا، بھائی منا دل نہیں بابا جی منتا، نہ منا تے لانتی بن گیا، کتاب میرے نبی دی ہے کتے جاوا، یہ آدھا بالکل شاہ جی آدھا میں پاگل ہون دے قریب پہنچ گیا، دو چار پانچ منٹاں دے بعد بالکل میں پاگل ہو جانا ہا، یا بازار وچ ڈھول وجنے شروع، او تہاڈی زندگی ہو گئی، او تہاڈا بھلا ہو گئی، او جڑے بیٹھے او امام زمانہ، او بادشاہ حسین تانوں زیادہ عزت ہے، او بچیاں نال آباد رہو، او حد کر چھوڑی نے جی، او بھلا ہو گئی، واہ واہ بھائی واہ، ادھا ڈھول دل چ خیال آیا کوئی محلے چ خوشی نہیں، اے ڈھول کتوں منگتے، ادا ڈھولان دے آواز تیز ہون دے گئے، ادا جڑے ویلے بالکل تیز ہو گئے، پھر میں فیصلہ کیتا اس تے پیچھے آ کے غور کرے نہ کٹیا سر بولیندے یا نہیں بولیندے، پہلے پتہ کرا یہ ڈھول گئے یہ خوشی دے سامان، آدھے میں جلدی دے نال کتاب بند کر دیتی، ایک مکان ہو سی رولی ہوئی سائن نو منظور ہو، میں آج نہیں آیا، میں تواڈے وچ کئی مجلسا پڑھ گیا، آدھا کتاب بند کیتی ہے تے محفوظ جاتے، آدھا اجا رکھی نہیں، میں رکھن لگا یا میرے کان تے اچے آواز وچ آواز آیا، باغی دیاں بھینا آ گئیاں، بڑا بہادر بندہ ہے جدی آئے نہیں نکلی، بڑا بہادر بندہ ہے جدی آئے جی بابا ہاتھ نہ جوڑ نیاز بندہ جی، بچیاں دی زندگی ہو جو بھلا ہوئے، بھلا ہوئے جی ہاتھ کر چھوڑی نے، آدھا میں جلدی دے نال کتاب رکھ دیتی، آدھا میں دروازہ کھول دیتا، ادا اچھی جاتے گا رہی تو پہلی نگاہ بازار اچ بھائی جانے آدھا میری پہ گئی، اے ستر دی ہو سکے تے معافی دے رہا، وہ غم غم ہی نہیں جے دے وچ دل نہ دکھے، لیکن اے
ਸਤਰ ਔਖੀ ਦੇਈਏ। ਇਹ ਆਦਾ ਹੈ ਪਹਿਲੀ ਭਾਈਜਾਨ ਨਿਗਾਹ ਮੇਰੀ ਉੱਚੇ ਜਾਤ ਘਰ ਹੀ ਬਾਜ਼ਾਰ 'ਚ ਪਈਏ, ਆਦਾ ਮੈਂ ਡਿੱਠਾ ਇੱਕ ਰੱਸੀ 'ਚ ਮੈਨੂੰ ਕਈ ਗੱਲ। ਵਾਹ ਵਾਹ, ਬੜਾ ਬਹਾਦਰ ਬੰਦਾ ਹੈ ਜਿਹੜੀ ਆਏ, ਬੜਾ ਬਹਾਦਰ ਹੈ ਜਿਹੜਾ ਆਏ ਨਹੀਂ ਕਰ ਸਕਿਆ। ਇੱਕ ਰੱਸੀ ਕਈ ਗੱਲ, ਆਦਾ ਤਰਤੀਬ ਉਹਨਾਂ ਦੀ ਇੰਜ ਆਈ ਜੋ ਇੱਕ ਬਾਜ਼ਾਰ 'ਚ ਜਣਦੀ ਆਈ ਤੇ ਸਾਰੀਆਂ ਜਾਣ। ਆਦਾ ਦਿਲ 'ਚ ਖਿਆਲ ਆਇਆ ਪਤਾ ਤੇ ਕਰਾਂ ਯਾਰ ਕਿਸੇ ਫਕੀਰ ਦੀ ਧੀ ਹੋਵੇ, ਇੰਜ ਲੋਕ ਨਹੀਂ ਬਾਜ਼ਾਰ 'ਚ ਸੱਜੇ ਖੱਬੇ ਨੱਚਦੇ, ਇੰਝ ਤਾਂ ਕਿਸੇ ਰੇਹੜੀ ਲਾਵਣ ਵਾਲੇ ਦੀਆਂ ਧੀਆਂ ਭੈਣਾਂ ਨਾਲ ਨਹੀਂ ਸਲੂਕ ਕੀਤਾ ਜਾਂਦਾ। ਇਹ ਕੌਣ ਬੇਵਾਰਸ, ਇਹਨਾਂ ਦਾ ਕੋਈ ਵਾਰਸ ਨਹੀਂ। ਆਦਾ ਬਾਬਾ ਜੀ ਮੈਂ ਬਾਜ਼ਾਰ ਨੂੰ ਲਹਿ ਪਿਆ, ਤੁਹਾਡੀ ਜਦ ਦੀ ਕਸਮ ਹੈ ਸਰਕਾਰ, ਆਦਾ ਮੈਂ ਬਾਜ਼ਾਰ 'ਚ ਲੱਥਾਂ, ਅਜਾ ਪੁੱਛਣ ਪੁੱਛਣ ਪਿਆ ਕਰੇ ਨਾ ਕਿਸ ਕੋਲੋਂ ਪੁੱਛਾਂ। ਆਦਾ ਜਾਂ ਮੇਰੀ ਸਾਹਮਣੇ ਦੀਦ ਪਈ, ਇੱਕ ਤਾਂ ਕੇ ਦੋ ਗੱਲ ਹੈ ਨਾ, ਇੱਕ ਵੱਡਾ ਕਾਰੀ ਇੱਕ ਛੋਟਾ ਕਾਰੀ, ਆਦਾ ਪਿਆਰ ਕੋਈ ਪਿਓ ਪੁੱਤਰਾਂ ਦਾ ਵੱਖਰਾ ਜਿਹਾ ਡਿੱਠਾ, ਵੱਡੇ ਕਾਰੀ ਕਿਸੇ ਮਜਬੂਰੀ ਦੀ ਵਜ੍ਹਾ ਤੋਂ ਕਮਰ ਥੋੜੀ ਸਿੱਧੀ ਕੀਤੀ ਏ, ਨਿੱਕਾ ਨਾਲਾ ਉੱਠਦਾ ਆਦਾ ਬਾਬਾ ਗਰਦਨ ਝੁਕਾ, ਮੇਰੀਆਂ ਤਲੀਆਂ ਜ਼ਮੀਨ ਤੋਂ ਵੱਡੀ ਗਈਆਂ, ਮੇਰਾ ਨਵਾਂ ਬਾਬਾ ਮੇਰੀ ਗਰਦਨ ਵਧੀ ਜੀ ਬਾਬਾ ਜੀ ਬਾਬਾ। ਸਿਰ ਝੁਕਾ ਨਹੀਂ ਜਿਹੜਾ ਕਿਸੇ ਨਵਾਬੀ 'ਚ ਬੈਠਾ, ਜੇ ਮੰਗਣ ਆਇਆ ਤਾਂ ਕਬਰ ਦੀ ਰਾਤ ਬੜੀ ਚੰਗੀ ਉਸ ਚੀਜ਼ ਅੱਖ ਵਸ ਪਈ ਮਜ਼ਲੂਮ ਦੇ ਨਾਮ। ਆਦਾ ਨਿੱਕਾ ਬੋਲਿਆ, ਵੱਡੇ ਦਾ ਕੋਈ ਇੰਜ ਪਿਆਰ ਆਈ, ਆਦਾ ਉਸੇ ਜਾਂ ਤੇ ਵੱਡੇ ਗਰਦਨ ਝੁਕਾਵਣੀ ਸ਼ੁਰੂ ਕੀਤੀ। ਬੰਦਾ ਕਿਹੜਾ ਹੈ ਜਿਹੜਾ ਅਲੀ ਉਨ ਵਲੀਉੱਲਾ ਪੜ੍ਹੇ ਤੇ ਆਏ ਨਾ ਕਰ। ਆਦਾ ਵੱਡੇ ਕਾਰੀ ਦੀ ਕਮਰ ਝੁਕ ਗਈ ਤੇ ਮੇਰੀ ਕਾਰੀ ਦੀ ਕੰਢ ਤੇ ਨਿਗਾਹ ਪੈ ਗਈ। ਆਦਾ ਅੰਨਾ ਨਾ ਵੇਖਾਂ, ਕਾਰੀ ਦੀ ਕੰਢ ਦੇ ਨਾਲ ਇੱਕ ਬੱਚੀ ਏ ਜਿਹਦੇ ਗਲ 'ਚ ਬੜੀ ਤੰਗ ਰੱਸੀ। ਆਦਾ ਏਡੀ ਤੰਗ ਰੱਸੀ ਏ, ਬੱਚੀ ਮੂੰਹ ਖੁੱਲੇ ਦੀਏ ਆਵਾਜ਼ ਮੇਰੇ ਤੱਕ ਨਹੀਂ ਪਿਆ। ਬੱਚੀ ਦੇ ਲੱਭ ਹੱਲਦੇ ਲੇਕਿਨ ਮੇਰੇ ਤੱਕ ਆਵਾਜ਼ ਨਹੀਂ। ਬੱਚਿਆਂ ਦੀ ਜ਼ਿੰਦਗੀ ਓਨੀ ਸੱਤਰ ਆਖਣ ਲੱਗਾ ਤੁਹਾਡੀ ਨਗਰੀ 'ਚ। ਆਦਾ ਮੇਰੇ ਦਿਲ 'ਚ ਖਿਆਲ ਆਇਆ ਨੇੜੇ ਟੁਰ ਜਾ, ਪਤਾ ਨਹੀਂ ਕਿਤਨੇ ਕਪੰਦ ਕੀਤੇ ਨੇ, ਕਿਤਨਾ ਸਫ਼ਰ ਕਰ ਆਈਏ, ਨੇੜੇ ਟੁਰ ਜਾ ਗੌਰ ਨਾਲ ਸੁਣ, ਜੇ ਪਾਣੀ ਮੰਗਦੀ ਏ ਤੇ ਪਾਣੀ ਪਿਲਾ ਅੱਲਾ ਰਾਜ਼ੀ ਉਸ, ਜੇ ਖਾਣਾ ਮੰਗਦੀ ਏ ਤੇ ਤੇਰਾ ਘਰ ਨੇੜੇ ਖਾਣਾ ਖਵਾ ਅੱਲਾ ਰਾਜ਼ੀ ਉਸੀ। ਉਹ ਧੀਆਂ ਲਿਓ ਦਈਓ ਸੋਚ ਕੇ ਮੈਂ ਨੇੜੇ ਗਿਆ, ਨਾ ਪਾਣੀ ਮੰਗਦੀ ਆਈ ਨਾ ਖਾਣਾ ਮੰਗਦੀ ਆਈ। ਅਦੇ ਉਸ ਵੇਲੇ ਪਤਾ ਲੱਗਾ ਏ ਕਾਰੀ ਦਾ ਸੱਕਾ ਫਿਰਾ ਏ, ਅਦੇ ਜਡਾ ਮੈਂ ਨੇੜੇ ਗਿਆ ਤੇ ਆਦੀ ਪਈ ਏ ਦਸਵੇਂ ਸਜਾਦ, ਜਿੱਥੇ ਕੋਈ ਤੈਨੂੰ ਮਾਰਦਾ ਮੈਂ ਮਿੰਨਤਾਂ ਕਰੇ ਦੀਆਂ ਈ, ਸਜਾਦ ਜਿੱਥੇ ਕੋਈ ਮੈਨੂੰ ਮਾਰਦਾ ਏ ਵੇਖ ਕੇ ਅੱਖੀਆਂ ਬੰਦ ਕਿਉਂ ਕਰ ਲੈਣਾ ਏ ਸਜਾਦ ਮੈਂ ਤੇਰੀ। ਜੀ ਬਾਬਾ ਜੀ ਬਾਬਾ ਜੀ ਬਾਬਾ, ਅਦਰੋਂ ਪਵਨ ਅੱਲਾ ਰੋਣਾ ਦੀ ਸ਼ਕਲ ਬਣਾ ਲੈ ਜੇ ਆਏ ਨੇ ਨਿਕਲਦੀ ਪਈ ਤਾਂ ਰੋਣਾ ਦੀ ਸ਼ਕਲ ਬਣਾ ਲੈ ਤੇਰੇ ਬੱਚਿਆਂ ਦੀ ਜ਼ਿੰਦਗੀ ਉਹ ਕਿਸੇ ਗਾਮੇ 'ਚ ਨਾ ਰੋਵੇ ਮੈਂ ਬਿਸਮਿਲ ਪੈਦਾ ਹੋ ਗਿਆ ਜੀ। ਫਿਰ ਆਖ ਦੇਣਾ ਅੱਲਾ ਅਕਬਰ ਜੀ, ਜਵਾਨੇ ਤੇ ਇਸ਼ਾਰਾ ਕਰਕੇ ਆਦਾ ਪਿਆ ਫਿਰ ਆਖ ਸੁਣ ਲਈ ਸੇ, ਜੇ ਸੁਣ ਲੈ ਤੇ ਜਿਹੜੇ ਘੋੜੇ ਦੀ ਗਰਦਨ 'ਚ ਹਜ਼ਰਤ ਅੱਬਾਸ ਦਾ ਸਰ ਆਈਏ, ਘੋੜਾ ਕਿਸੇ ਵਜ੍ਹਾ ਤੋਂ ਬਾਜ਼ਾਰ 'ਚ ਰੁਕ ਗਿਆ, ਕਮੀ ਨੇ ਟੁਰਿਆ ਏ ਘੋੜਾ ਨੀ ਟੁਰਿਆ, ਇਸ ਤਾਜ਼ੀਆਂ ਨਾ ਘੋੜੇ ਦੀ ਕੰਢ ਤੇ ਮਾਰਿਆ ਏ ਘੋੜਾ ਨੀ ਟੁਰਿਆ, ਇਸ ਦੂਸਰਾ ਤਾਜ਼ੀਆਂ ਨਾ ਘੋੜੇ ਦੇ ਮੂੰਹ ਤੇ ਮਾਰਿਆ ਏ ਘੋੜਾ ਨੀ ਟੁਰਿਆ, ਇਸ ਤੀਸਰਾ ਚਾਇਆ ਮਾਰਨ ਲੱਗਾ ਏ ਉਮਰ ਨੇ ਸਾਂ, ਦਾ ਖਬਰਦਾਰ ਹੋਏ ਹੁਣ ਮੂੰਹ ਤੇ ਤਾਜ਼ੀਆਂ ਨਾ ਮਾਰੀ, ਕਿਉਂ ਟੁਰਦਾ
ਕਿਉਂ ਨਾ ਮਾਰਾਂ ਦਾ ਤੈਨੂੰ ਪਤਾ ਨਹੀਂ ਹਰ ਸ਼ਾਇ ਖੁਦਾ ਦੀ ਹਮਦੋ ਸਨਾ ਸਮੂਹ ਨਾਲ ਕਰੇ ਦੀ ਉਸ ਵੇਲੇ ਜਨਾਬ ਸਕੀਨਾ ਸਜਾ ਦਾ ਮੋਢਾ ਹਿਲਾਇਆ ਬੀਬੀਆਂ ਦੀ ਸਜਾ ਦੇ ਸਜ਼ਾਲਮ ਨੂੰ ਦੱਸ ਮੈਂ ਸਮੂਹ ਨਾਲ ਕੁਰਾਨ ਪੜ੍ਹਦੀ ਆ ਵੇ ਸਜਾ ਜਾਂਦਾ ਦਿਲ ਕਰਦਾ ਯਤੀਮ ਸਮਝ ਕੇ ਮਰੇ ਦਾ ਵੇ ਸਜਾ ਮੈਂ ਤੇਰੀ ਭੈਣਾ ਜਿਹਦਾ ਦਿਲ ਕਰਦਾ ਮੈਨੂੰ ਕੁਰਾਨ ਦਿੱਤੀਆਂ ਪਾਰਾਂ ਦੀ ਕਸਮ ਬਜ਼ਾਰੇ ਹਮੀਦ ਗਿਆ ਤ੍ਰੈ ਮਰਤਬਾ ਜਨਾਬ ਸਕੀਨਾ ਸਲਾਮ ਅੱਲਾ ਸਜਾਦ ਦਾ ਮੋਢਾ ਹਿਲਾ ਕੇ ਆਖਿਆ ਟੁਰ ਮੈਂ ਜੋ ਤੇਰੇ ਨਾਲ ਪਜਾ ਦਿਆ ਅਜੇ ਪੱਥਰ ਵਸਦੇ ਭੈਣ ਪਿੱਛੇ ਆ ਭੈਣ ਅੱਗੇ ਟੁਰਦੀ ਆਈ ਅਜੇ ਤਾਜ਼ੀਆ ਨੇ ਵਾ ਮਾਤਾਮ ਅਜੇ ਤਾਜ਼ੀਆ ਨੇ ਵਸਦੇ ਭੈਣ ਪਿੱਛੇ ਆ ਅਜੇ ਸਜਾਦ ਮੈਂ ਤੇਰੀ ਭੈਣਾ ਜੀ ਬਾਬਾ ਕਬੂਲ ਨਹੀਂ ਆਉਂਦੀ ਜੋਰੀ ਫਿਲਾਈ ਜਿਹੜਾ ਬੀਬੀ ਤੀਜੀ ਵਾਰੀ ਆਖਿਆ ਸਜਾਦ ਟੁਰ ਮੈਂ ਨਾਲ ਆ ਉਸ ਵੇਲੇ ਇਮਾਮ ਅਦਨ ਭੈਣ ਛੋਟੀ ਵੀ ਏ ਪਰਦੇਦਾਰ ਵੀ ਏ ਯਤੀਮ ਵੀ ਏ ਇਹ ਹੱਕ ਮੇਰਾ ਬਣਦਾ ਮੈਂ ਤਸੱਲੀ ਦੇਵਾਂ ਵਤਨ ਤੋਂ ਇਤਨੀ ਦੂਰ ਮੈਨੂੰ ਤਸੱਲੀ ਕਿਉਂ ਦੇਣੀ ਏ ਬੀਬੀ ਅੱਜ ਇਹ ਸਵਾਲ ਤੇ ਦਿੱਤੀ ਆਈ ਸਜਾਦ ਅਗਰ ਇੱਥੇ ਮੈਂ ਮਰ ਗਈ ਮੇਰਾ ਜਨਾਜ਼ਾ ਚਾ ਲਏਗਾ ਸਜਾਦ ਮੈਨੂੰ ਦੱਸ ਜੇ ਇੱਥੇ ਤੂੰ ਮਰ ਗਿਆ ਸਜਾਦ ਮੈਂ ਤੈਨੂੰ ਕਿਵੇਂ ਜੈਸਾਂ ਅੱਗੇ ਬਾਬੇ ਦੇ ਕਾਤਲ ਬਾਜ਼ਾਰ ਚ ਨੱਚਦੇ ਪਏ ਸਜਾਦ ਮੈਂ ਤੇਰੀ ਭੈਣ